ਮੇਰਾ ਨਾਮ ਡਾਕਟਰ ਉਪਿੰਦਰ ਸਿੰਘ ਘਈ ਹੈ। ਮੈਂ ਘਈ ਹੋਸਪਿਟਲ ਦਾ ਮਾਲਕ ਵੀ ਹਾਂ ਔਰ ਇੱਥੇ ਦਾ ਮੇਨ ਸਰਜਨ ਵੀ ਹਾਂ। ਮੈਂ 1980 ਦੇ ਵਿੱਚ ਮਾਸਟਰ ਆਫ ਸਰਜਰੀ ਦੀ ਡਿਗਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ ਸੀ ਔਰ ਉਸ ਤੋਂ ਬਾਅਦ ਮੈਂ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਦੇ ਵਿੱਚ ਵੀ ਸੇਵਾ ਕੀਤੀ, ਸਿਵਲ ਹੋਸਪਿਟਲ ਜਲੰਧਰ ਵੀ ਰਿਹਾ। ਉਹਦੇ ਬਾਅਦ ਮੈਂ ਬਾਹਰ ਚਲਾ ਗਿਆ, 6 ਸਾਲ ਮੈਂ ਲਿਬੀਆ ਵਿੱਚ ਵੀ ਜਿਹੜਾ ਮੇਨ ਹੋਸਪਿਟਲ ਸੀ ਉੱਥੇ ਸੀਨੀਅਰ ਕੰਸਲਟੈਂਟ ਸੀ। ਵਾਪਸ ਆ ਕੇ ਮੈਂ ਗੁਰੂ ਨਾਨਕ ਮਿਸ਼ਨ ਹਸਪਤਾਲ 'ਚ ਸੇਵਾ ਕੀਤੀ ਔਰ 1996 ਤੋਂ ਕਈ ਹੋਸਪਿਟਲ ਜਿਹੜਾ ਗੁਰੂ ਤੇਗ ਬਹਾਦਰ ਨਗਰ ਜਲੰਧਰ ਵਿੱਚ ਹੈ ਉਹਨੂੰ ਚਲਾ ਰਹੇ ਹਾਂ। ਇੱਕ ਹੋਰ ਜਿਹੜੀ ਬੜੀ ਕਾਮਨ ਬਿਮਾਰੀ ਹੈ ਉਹ ਹੈਗੀ ਵੈਰੀਕੋਜ ਵੇਨਸ, ਔਰ ਵੈਰੀਕੋਜ ਵੇਨਸ ਵੀ ਜਿਹੜੀ ਹੈ ਉਹ ਆਮ ਤੌਰ 'ਤੇ ਦੇਖਿਆ ਗਿਆ ਕਿ ਵੀ ਜੈਂਟਸ 'ਤੇ ਵੀ ਜ਼ਿਆਦਾ ਹੁੰਦੀਆਂ ਔਰ ਆਮ ਤੌਰ 'ਤੇ ਮਿਡਲ ਏਜ ਜ਼ਿਆਦਾ ਹੁੰਦੀਆਂ ਪਰ ਕਈ ਵਾਰੀ ਯੰਗਰ ਏਜ ਵੀ ਹੋ ਜਾਂਦੀਆਂ। ਇਹਦੇ 'ਚ ਮੇਨ ਜਿਹੜਾ ਕਾਰਨ ਹੁੰਦਾ ਕਿ ਜਿਹੜਾ ਇੱਕ ਸਾਡਾ ਵੈਲਵ ਹੁੰਦਾ ਉਹਨੂੰ ਸਪੀਨੋ ਫੈਮੋਰਲ ਵੈਲਵ ਕਹਿੰਦੇ ਹਨ, ਜਿਹੜਾ ਕਿ ਸਾਡੀ ਥਾਈ ਦੇ ਉੱਪਰ ਵਾਲੇ ਹਿੱਸੇ 'ਚ ਹੁੰਦਾ, ਉਹ ਇਨਕੰਪੀਟੈਂਟ ਹੋ ਜਾਂਦਾ। ਇਨਕੰਪੀਟੈਂਟ ਦਾ ਮਤਲਬ ਹੈ ਕਿ ਵੀ ਉਹਨੇ ਆਮ ਤੌਰ 'ਤੇ ਜਦੋਂ ਸਾਡਾ ਜਿਹੜਾ ਵੀ ਖੂਨ ਦਾ ਦੌਰਾ ਹੈ, ਸਾਡੀਆਂ ਦੋ ਤਰ੍ਹਾਂ ਦੀਆਂ ਨਾੜੀਆਂ ਹੁੰਦੀਆਂ, ਇੱਕ ਆਲਟਰੀਜ਼ ਕਹਿੰਦੇ ਹਾਂ, ਦੂਜਿਆਂ ਨੂੰ ਵੇਨਸ ਕਹਿੰਦੇ ਹਾਂ। ਜਿਹੜੀਆਂ ਆਲਟਰੀਜ਼ ਹੈ ਉਹ ਸਾਡੇ ਬਲੱਡ ਨੂੰ ਸਾਰੇ ਹਾਰਟ ਤੋਂ ਸਾਰੇ ਡਿਫਰੈਂਟ ਬੋਡੀ ਦੇ ਏਰੀਆਜ਼ ਲੈ ਕੇ ਜਾਂਦੀਆਂ। ਜਿਹੜੀਆਂ ਵੇਨਸ ਆ ਉਹਨਾਂ ਦਾ ਕੰਮ ਹੁੰਦਾ ਕਿ ਬਲੱਡ ਨੂੰ ਵਾਪਸ ਜਿਹੜਾ ਉਹ ਹਾਰਟ ਵੱਲ ਨੂੰ ਲੈ ਕੇ ਜਾਣਾ। ਔਰ ਜਿਹੜਾ ਸਫੀਨੋ ਫੈਮੋਰਲ ਜਿਹੜਾ ਵੈਲਵ ਆ ਉਹ ਕਮਜ਼ੋਰ ਅਗਰ ਹੋ ਜਾਂਦਾ ਤਾਂ ਸਾਡੀ ਲੱਤਾਂ ਵੀ ਜਿਹੜਾ ਲੱਤਾਂ ਨਾੜੀਆਂ ਫੁੱਲੀਆਂ ਸ਼ੁਰੂ ਹੋ ਜਾਂਦੀਆਂ, ਉਹਨਾਂ ਨੂੰ ਅਸੀਂ ਵੈਰੀਕੋਜ਼ ਵੇਨਸ ਕਹਿੰਦੇ ਹਾਂ। ਇਹ ਆਮ ਤੌਰ 'ਤੇ ਦੇਖਿਆ ਗਿਆ ਕਿ ਜਿਹੜੇ ਫੌਜੀ ਹੁੰਦੇ ਆ ਜਾਂ ਪੁਲਿਸ ਵਾਲੇ ਆ, ਸਪੈਸ਼ਲੀ ਟ੍ਰੈਫਿਕ ਪੁਲਿਸ ਵਾਲੇ, ਈਵਨ ਪਲੇਅਰ ਜਿਹੜੇ ਬੰਦੇ ਬਹੁਤ ਜ਼ਿਆਦਾ ਦੇਰ ਜਿਹੜੇ ਕੋਈ ਵੀ ਜਿਹੜਾ ਇਹ ਕੰਮ ਕਰਦੇ ਆ ਬਹੁਤ ਜ਼ਿਆਦਾ ਦੇਰ ਜਿਹਦੇ ਖੜ੍ਹਾ ਹੋਣਾ ਪਏ, ਉਹਨਾਂ ਵੀ ਜਿਹੜੇ ਸਾਡੀਆਂ ਨਾੜੀਆਂ ਜਿਹੜੀਆਂ ਜ਼ਿਆਦਾ ਫੁੱਲਦੀਆਂ। ਬੱਚਿਆਂ 'ਚ ਆਮ ਤੌਰ 'ਤੇ ਬਿਮਾਰੀ ਨਹੀਂ ਦੇਖੀ ਗਈ, ਲੇਡੀਜ਼ ਵਿੱਚ ਵੀ ਇਹ ਬਹੁਤ ਘੱਟ ਹੈ। ਤੋ ਇਹ ਵੀ ਜਿਹੜੀ ਹੈ ਬਿਮਾਰੀ ਜਿਹੜੀ ਹੈ ਇਹ ਲਾਈਫ ਸਟਾਈਲ 'ਚ ਅਸੀਂ ਨਹੀਂ ਕਹਿ ਸਕਦੇ ਮਜਬੂਰੀ ਹੈ, ਕੋਈ ਜਿਹੜੇ ਬੰਦੇ ਨੇ ਨੌਕਰੀ ਕਰਨੀ ਹੈ, ਕੋਈ ਪਰਟੀਕੁਲਰ ਤਰ੍ਹਾਂ ਦੀ ਉਹ ਜੋਬ ਕਰ ਰਿਹਾ ਉਹਨੂੰ ਕਰਨੀ ਹੈ। ਅਤੇ ਇਹਦੇ ਵਿੱਚ ਵੀ ਜਿਹੜਾ ਇਲਾਜ ਜਿਹੜਾ ਓਪਰੇਸ਼ਨ ਦੁਆਰਾ ਹੀ ਹੁੰਦਾ। ਇਨੀਸ਼ੀਅਲ ਸਟੇਜਿਸ ਅਗਰ ਸ਼ੁਰੂ 'ਚ ਮਰੀਜ਼ ਓਪਰੇਸ਼ਨ ਕਿਸੇ ਕਾਰਨ ਨਹੀਂ ਕਰਾਉਣਾ ਚਾਹੁੰਦਾ ਤਾਂ ਅਸੀਂ ਉਹਨੂੰ ਕਹਿ ਕਰੇਬ ਬੈਂਡੇਜ ਵਗੈਰਾ ਦੇ ਦਿੱਤੀ ਜਾਂਦੀਆਂ, ਜਾਂ ਸਪੈਸ਼ਲ ਤਰ੍ਹਾਂ ਦੀਆਂ ਸਟੋਕਿੰਗ ਹੁੰਦੀਆਂ ਜਿਹੜੀਆਂ ਮਰੀਜ਼ ਨੂੰ ਕਿਹਾ ਜਾਂਦਾ ਕਿ ਤੁਸੀਂ ਆਪਣੀਆਂ ਥੋੜ੍ਹੀ ਦੇਰ ਲੇਟੋ, ਲੱਤ ਨੂੰ ਉੱਚੀ ਚੁੱਕੋ ਤਾਂ ਕਿ ਤੁਹਾਡਾ ਖੂਨ ਜਿਹੜਾ ਵਾਪਸ ਹਾਰਟ ਵੱਲ ਨੂੰ ਚਲਾ ਜਾਏ ਔਰ ਫਿਰ ਜਿਹੜੀ ਪੱਟੀ ਆ ਜਾਂ ਜਿਹੜੀ ਸਟੋਕਿੰਗ ਆ ਉਹ ਪੈਰ ਤੋਂ ਸ਼ੁਰੂ ਕਰਦਿਆਂ ਹੋਇਆਂ ਮਿਡ ਥਾਈ ਤੱਕ ਜਿਹੜੀ ਆ ਉਹਨੂੰ ਲਾ ਲਿਆ ਜਾਂਦਾ। ਰਾਤੀ ਸੌਣ ਲੱਗਿਆਂ ਤੁਸੀਂ ਇਹ ਕਰੇਬ ਬੈਂਡੇਜ ਜਾਂ ਜਿਹੜੀ ਆ ਸਟੋਕਿੰਗ ਆ ਉਤਾਰ ਸਕਦੇ ਹੋ, ਦਿਨ ਵੇਲੇ ਜਦੋਂ ਵੀ ਤੁਰਨਾ ਫਿਰਨਾ ਕੰਮ ਕਰਨਾ ਉਹਨਾਂ ਨੂੰ ਪਾਉਣਾ ਪੈਂਦਾ। ਔਰ ਕਈ ਵਾਰੀ ਇਹਦੀ ਕੰਪਲੀਕੇਸ਼ਨ ਹੋ ਜਾਂਦੀ ਹੈ, ਅਗਰ ਜ਼ਿਆਦਾ ਦੇਰ ਅਸੀਂ ਆਪਾਂ ਇਲਾਜ ਨਾ ਕਰਾਈਏ ਤਾਂ ਜ਼ਖਮ ਵੀ ਬਣ ਜਾਂਦੇ ਆ, ਈਵਨ ਕਈ ਵਾਰੀ ਬਲੀਡਿੰਗ ਵੀ ਹੋ ਜਾਂਦੀ ਹੈ ਥੱਲੋਂ। ਸੋ ਇਹਦਾ ਇਲਾਜ ਵੀ ਜਿਹੜਾ ਓਪਰੇਸ਼ਨ ਨਾਲ ਹੁੰਦਾ। ਪਹਿਲਾਂ ਇਹਦਾ ਇਲਾਜ ਜਿਹੜਾ ਹੁੰਦਾ ਉਹ ਕਾਫੀ ਥੋੜ੍ਹਾ ਕੰਪਲੀਕੇਟਡ ਸੀ, ਉਹ ਅਸੀਂ ਸਾਡੀਆਂ ਨਾੜੀਆਂ ਨੂੰ ਜਾਂ ਤਾਂ ਡਿਫਰੈਂਟ ਜਗ੍ਹਾ ਤੋਂ ਬੰਨੀਦਾ ਸੀ ਜਾਂ ਅਸੀਂ ਥੱਲੋਂ ਇੱਕ ਇੰਸਟਰੂਮੈਂਟ ਪਾਈਦਾ ਸੀ ਔਰ ਉਹਦੇ ਉੱਪਰੋਂ ਅਸੀਂ ਜਿਹੜੀ ਹੈ ਉਹਨੂੰ ਖਿੱਚ ਲਈਦਾ ਸੀ ਤਾਂ ਕਿ ਪੂਰੀ ਪੂਰੀ ਜਿਹੜੀ ਜਿਹੜੀ ਨਾੜੀ ਹੈ ਸੈਫਿਨਸ ਵੇਨ ਹੁੰਦੀ ਹੈ ਉਹਨੂੰ ਪੂਰਾ ਪੂਰਾ ਅਸੀਂ ਜਿਹੜਾ ਉਹਨੂੰ ਖਿੱਚ ਲਈਦਾ ਸੀ ਤਾਂ ਕਿ ਜਿਹੜੀ ਪੂਰੀ ਨਾੜੀ ਜਿਹੜੀ ਹੈ ਉਹ ਬਾਹਰ ਆ ਜਾਏ। ਔਰ ਇਹਦੇ ਨਾਲ ਹੀ ਅਸੀਂ ਇੱਕ ਓਪਰੇਸ਼ਨ ਜਿਹੜਾ ਕਰੀਦਾ ਉਹ ਨੂੰ ਟੈਂਡਰਲੈਨ ਵਰਗਸ ਓਪਰੇਸ਼ਨ ਕਹਿੰਦੇ ਆ, ਉਹਦੇ ਵਿੱਚ ਅਸੀਂ ਜਿਹੜਾ ਵੈਲਵ ਹੈ ਉਹਦੇ ਥੱਲੋਂ ਉਸ ਤੋਂ ਬਿਲਕੁਲ ਨੇੜੇ ਹੀ ਅਸੀਂ ਜਿਹੜਾ ਉਹਨੂੰ ਜਿਹੜੀ ਸੈਫਿਨਸ ਵੇਨ ਹੈ ਉਹਨੂੰ ਬੰਨ ਦਿੱਤਾ ਜਾਂਦਾ, ਨਾਲ ਉਹਦੇ 3-4 ਟ੍ਰਿਬਿਊਟਰੀਜ਼ ਹੁੰਦੀਆਂ ਉਹਨਾਂ ਨੂੰ ਵੀ ਬੰਨ ਦਿੱਤਾ ਜਾਂਦਾ। ਸੋ ਇਹ ਜਿੰਨੇ ਵੀ ਓਪਰੇਸ਼ਨ ਹੈ ਇਹਦੇ ਦੋ ਹਿੱਸੇ ਹੁੰਦੇ ਆ। ਸੋ ਅੱਜ ਕੱਲ੍ਹ ਜਿਹੜਾ ਬਹੁਤ ਜਿਹੜਾ ਬੈਟਰ ਜਿਹੜਾ ਮੈਥਡ ਆਇਆ ਜਿਹਦੇ ਨਾਲ ਅਸੀਂ ਮਰੀਜ਼ ਛੇਤੀ ਠੀਕ ਹੁੰਦਾ, ਜ਼ਿਆਦਾ ਸਾਨੂੰ ਚੀਰੇ ਨਹੀਂ ਦੇਣੇ ਪੈਂਦੇ, ਉਹ ਲੇਜ਼ਰ ਰਾਹੀਂ ਹੈ। ਉਹ ਥੱਲੇ ਦੀ ਛੋਟੀ ਜਿਹੀ ਮੋਰੀ ਕਰਕੇ ਲੇਜ਼ਰ ਦਾ ਫਾਈਬਰ ਜਿਹੜਾ ਅਸੀਂ ਵੇਨ ਦੇ ਵਿੱਚ ਪਾਈਦਾ ਔਰ ਲੇਜ਼ਰ ਦੀ ਹੀਟ ਨਾਲ ਜਿਹੜਾ ਆਸਾ ਆਸਾ ਕਰਕੇ ਜਿਹੜੀ ਵੇਨ ਜਿਹੜੀ ਆ ਉਹਨੂੰ ਪੂਰਾ ਉਹਨੂੰ ਕੋਗੂਲੇਟ ਜਾਂ ਬਰਨ ਤੁਸੀਂ ਕਹਿ ਸਕਦੇ ਹੋ ਕਰਤਾ ਜਾਂਦਾ ਔਰ ਨਾਲ ਉੱਪਰੋਂ ਵੈਲਵ ਜਿਹੜਾ ਜਿਵੇਂ ਤੁਹਾਨੂੰ ਦੱਸਿਆ ਕਿ ਟ੍ਰਿੰਡਲਨ ਵਰਗ ਓਪਰੇਸ਼ਨ ਕਰਕੇ ਵੈਲਵ ਨੂੰ ਬੰਦ ਕਰਤਾ ਜਾਂਦਾ। ਸੋ ਇਹਦੇ ਵਿੱਚ ਸਿੰਪਲ ਓਪਰੇਸ਼ਨ ਹੈ, ਬੰਦੇ ਨੂੰ ਅਗਲੇ ਦਿਨ ਹੀ ਘਰ ਭੇਜਿਆ ਜਾ ਸਕਦਾ। ਸੋ ਇਹ ਸੀ ਆਪਣਾ ਵੈਰੀਕੋਜ਼ ਵੇਨਸ ਦੇ ਬਾਰੇ 'ਚ।